ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਥੋੜ੍ਹੀ ਦੇਰ ਪਹਿਲਾਂ ਮੇਰੇ ਸਾਹਮਣੇ ਇੱਕ ਵੀਡੀਓ ਆਈ, ਅਕਾਲ ਸਹਾਈ ਟੀਵੀ ਨਾਮ ਤੋਂ ਇੱਕ ਫੇਸਬੁੱਕ ਪੇਜ ਹੈ, ਉਸ 'ਤੇ ਅਪਲੋਡ ਕੀਤੀ ਹੋਈ ਹੈ ਉਹ ਵੀਡੀਓ। ਮੈਂ ਉਸਦਾ ਲਿੰਕ ਡਿਸਕ੍ਰਿਪਸ਼ਨ 'ਤੇ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਉਸ ਵੀਡੀਓ ਵਿੱਚ ਇੱਕ ਬਜ਼ੁਰਗ ਮਾਤਾ ਕਿਸੇ ਗੁਰੂ ਘਰ ਦੇ ਬਾਹਰ ਖੜ੍ਹੀ ਵਿਲਾਪ ਕਰ ਰਹੀ ਸੀ, ਰੋ ਰਹੀ ਸੀ, ਤਰਲੇ ਕਰ ਰਹੀ ਸੀ ਸੰਗਤ ਦੇ ਕਿ ਸੰਗਤ ਜੀ ਮੇਰੀ ਮਦਦ ਕਰੋ। ਉਹ ਬਜ਼ੁਰਗ ਮਾਤਾ ਦੇ ਕਹਿਣ ਦੇ ਮੁਤਾਬਿਕ ਉਹ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੇ ਮਾਤਾ ਜੀ ਨੇ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਉਸ ਮਾਤਾ ਜੀ ਨੇ ਉਸ ਵੀਡੀਓ ਵਿੱਚ ਕਹੀ ਹੈ ਕਿ ਮੈਂ ਰਾਗੀ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਤਾ ਜੀ ਹਾਂ ਅਤੇ ਮੈਨੂੰ ਤਕਰੀਬਨ 1 ਸਾਲ ਹੋ ਗਏ ਮੇਰੇ ਬੱਚੇ ਨੇ, ਮੇਰੇ ਬੇਟੇ ਨੇ ਘਰੋਂ ਕੱਢ ਦਿੱਤਾ। ਸਾਲ ਹੋ ਗਿਆ ਮੈਨੂੰ ਨਾ ਘਰੋਂ ਕੱਢਿਆ, ਮੈਂ ਬਹੁਤ ਦੁਖੀ ਹਾਂ। ਮੈਂ ਬੇਟੀ ਦੇ ਘਰ ਆ, ਮੇਰੇ ਕੋਲੋਂ ਨਹੀਂ ਰਿਹਾ ਜਾਂਦਾ, ਮੇਰਾ ਪ੍ਰਸ਼ਨ ਹੋਇਆ, ਮੇਰਾ ਨਹੀਂ ਰਿਹਾ ਜਾਂਦਾ, ਮੈਨੂੰ ਕੋਈ ਮਦਦ ਕਰੋ। ਮੇਰਾ ਅੱਜ ਆਖਰੀ ਹੈ ਕਿ ਸੰਗਤ ਮੇਰੀ ਮਦਦ ਕਰੇ, ਸੰਗਤ ਮਦਦ ਕਰੇ। ਮੈਂ ਬਹੁਤ ਦੁਖੀ ਹਾਂ, ਇਹ ਮੇਰਾ ਬੱਚਾ ਮੈਨੂੰ ਬਿਲਕੁਲ ਨਹੀਂ ਪੁੱਛਦਾ, ਮੈਂ ਬਹੁਤ ਦੁਖੀ ਹਾਂ। ਮੇਰਾ ਕਿੰਨਾ ਬੜਾ ਰਾਗੀ ਹੋ ਕੇ ਮੇਰੇ ਨਾਲ ਮੈਨੂੰ ਬਿਲਕੁਲ ਨਹੀਂ ਪੁੱਛਦਾ। ਇੱਕ ਕਮਰਾ ਮੰਗਦੀ ਹੈ, ਮੈਨੂੰ ਇੱਕ ਕਮਰਾ ਦੇ ਦੇ, ਜਿਹੜੇ ਕਾਰਨ ਉਹਦੇ ਕਰੋੜਾਂ ਦਾ ਮਾਲਕ ਹੈ। ਮੇਰੇ ਕੋਲ ਰਹਿਣ ਦਾ ਠਿਕਾਣਾ ਨਹੀਂ ਹੈ, ਮੈਂ ਬਹੁਤ ਔਖੀ ਹਾਂ, ਸੰਗਤ ਜੀ ਮੇਰੀ ਮਦਦ ਕਰੋ। ਵਿਲਾਪ ਕਰ ਰਹੀ ਹੋ ਮਾਤਾ, ਰੋਣਾ ਆਉਂਦਾ ਦੇਖ ਕੇ ਕਿ ਇੱਕ ਰਾਗੀ ਗੁਰੂ ਘਰ ਦਾ ਕੀਰਤਨੀ ਆ, ਜਿਹਦੀ ਕਿ ਡਿਊਟੀ ਇਹਦੇ ਸੇਵਾ, ਜਿਹਦੀ ਕਿ ਜ਼ਿੰਮੇਦਾਰੀ ਹੈ ਕਿ ਤੁਸੀਂ ਗੁਰੂ ਦੀ ਗੱਲ ਘਰ ਘਰ ਜਾ ਕੇ ਲੋਕਾਂ ਨੂੰ ਦੱਸੋ, ਵੱਖ ਵੱਖ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਗੁਰੂ ਘਰ ਦੀ ਉਸਤਤ ਕਰੋ। ਉਹ ਬੰਦਾ ਆਪਣੀ ਮਾਤਾ ਦੇ ਨਾਲ ਇਹੋ ਜਿਹੀ ਹਰਕਤ ਕਰ ਰਿਹਾ। ਜੇ ਇਸ ਵੀਡੀਓ ਵਿੱਚ ਰੱਤੀ ਮਾਤ ਵੀ ਸੱਚਾਈ ਹੈ, ਜੇ ਸੱਚਮੁੱਚ ਉਹ ਮਾਤਾ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਤਾ ਹੈ, ਤਾਂ ਮੈਨੂੰ ਲੱਗਦਾ ਕਿ ਪੰਥ ਨੂੰ ਇਹੋ ਜਿਹੇ ਰਾਗੀਆਂ ਦਾ ਬਾਇਕਾਟ ਕਰ ਦੇਣਾ ਚਾਹੀਦਾ, ਜਿਹੜੇ ਰਾਗੀ ਆਪਣੇ ਮਾਂ ਬਾਪ ਨੂੰ ਵੀ ਸੰਭਾਲ ਨਹੀਂ ਕਰਦੇ। ਮੈਂ ਜਿਵੇਂ ਹੀ ਉਸ ਵੀਡੀਓ ਨੂੰ ਦੇਖਿਆ ਤਾਂ ਉਸੇ ਸਮੇਂ ਮੈਂ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦਾ ਫੇਸਬੁੱਕ ਪੇਜ ਓਪਨ ਕੀਤਾ, ਜਿਹੜਾ ਉਹਨਾਂ ਦਾ ਆਫੀਸ਼ੀਅਲ ਪੇਜ ਹੈ। ਉੱਥੇ ਜਾ ਕੇ ਦੇਖਿਆ ਕਿ ਸ਼ਾਇਦ ਉਹਨਾਂ ਨੇ ਕੋਈ ਅਪਡੇਟ ਪਾਈ ਹੋਏ ਇਸ ਵੀਡੀਓ ਦੇ ਬਾਰੇ ਕਿ ਇਹ ਵੀਡੀਓ ਫੇਕ ਹੈ ਜਾਂ ਰੀਅਲ ਹੈ, ਲੇਕਿਨ ਅਫਸੋਸ ਹੋਇਆ ਇਹ ਜਾਣ ਕੇ ਕਿ ਉਹਨਾਂ ਨੇ ਆਪਣੇ ਪੇਜ ਦੇ ਵਿੱਚ ਇਹੋ ਜਿਹੀ ਕੋਈ ਅਪਡੇਟ ਨਹੀਂ ਪਾਈ ਸੀ। ਜਦੋਂ ਮੈਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਚੈੱਕ ਕੀਤਾ ਤਾਂ ਪਤਾ ਲੱਗਿਆ ਲੋਕਾਂ ਦੇ ਵਿਊ ਦੇਖ ਕੇ, ਲੋਕਾਂ ਦੇ ਕਮੈਂਟ ਦੇਖ ਕੇ ਕਿ ਸੱਚਮੁੱਚ ਇਹ ਉਹਨਾਂ ਦੇ ਮਾਤਾ ਜੀ ਹੀ ਹਨ, ਕਿਉਂਕਿ ਸ਼ਾਇਦ ਕੁਝ ਲੋਕ ਸੀ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਹਨਾਂ ਦਾ ਕੋਈ ਫੈਮਿਲੀ ਮੈਟਰ ਹੈ, ਕੋਈ ਇਹਨਾਂ ਦੀ ਵਾਈਫ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੀ ਦੀ ਨੇ, ਉਹ ਕੁਛ ਇੱਦਾਂ ਦੇ ਨੇ, ਆਈ ਡੋਂਟ ਨੋ, ਕਿਉਂਕਿ ਸਾਨੂੰ ਨਹੀਂ ਪਤਾ ਪੂਰੀ ਘਟਨਾ ਦੇ ਬਾਰੇ ਕਿ ਕੀ ਹੈ ਕੀ ਨਹੀਂ, ਇਸ ਕਰਕੇ ਮੈਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰ ਰਿਹਾ। ਲੇਕਿਨ ਜੇ ਸੱਚਮੁੱਚ ਇਹ ਘਟਨਾ ਵਾਪਰੀ ਹੈ, ਸੱਚਮੁੱਚ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਨੇ ਆਪਣੇ ਮਾਤਾ ਜੀ ਨੂੰ ਘਰੋਂ ਬਾਹਰ ਕੱਢਿਆ ਹੈ, ਤਾਂ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ, ਕਿਉਂਕਿ ਗੁਰੂ ਘਰ ਦੇ ਕੀਰਤਨੀ ਹੈ ਜਿਹੜੇ ਨੇ ਵੱਖ ਵੱਖ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ, ਹੋਰ ਵੀ ਕੀਰਤਨੀ ਜਿਹੜੇ ਨੇ ਉਹ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ। ਜਦੋਂ ਉਹ ਖੁਦ ਇਹੋ ਜਿਹੇ ਕੰਮ ਕਰਨਗੇ ਤਾਂ ਲੋਕ ਕੀ ਸਵਾਲ ਕਰਨਗੇ ਕਿ ਤੁਸੀਂ ਖੁਦ ਗੁਰੂ ਘਰ ਦੇ ਕੀਰਤਨੀ ਹੋ ਕੇ ਆਪਣੇ ਘਰਦਿਆਂ ਨਾਲ ਇਹ ਹਰਕਤ ਕਰਦੇ ਹੋ, ਤੁਸੀਂ ਦੂਸਰੇ ਬਾਰੇ ਕੀ ਸੋਚ ਰੱਖਦੇ ਹੋਵੋਗੇ। ਜਦੋਂ ਮੈਨੂੰ ਉਸ ਵੀਡੀਓ ਦੇ ਬਾਰੇ ਪਤਾ ਲੱਗਿਆ, ਮੈਂ ਉਸੇ ਸਮੇਂ ਰੱਬ ਆਸਰਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਢਪਾਲੀ ਦੇ ਨਾਲ ਰਾਬਤਾ ਕੀਤਾ ਅਤੇ ਉਹਨਾਂ ਨੂੰ ਇਸ ਪੂਰੀ ਘਟਨਾ ਦੇ ਬਾਰੇ ਦੱਸਿਆ। ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇਹਦੇ ਬਾਰੇ ਜਲਦ ਤੋਂ ਜਲਦ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਆਪਣੀ ਸੰਸਥਾ ਵੱਲੋਂ ਇਹਨਾਂ ਮਾਤਾ ਜੀ ਦੀ ਜਿੰਨੀ ਸਹਾਇਤਾ ਹੋ ਸਕੇ ਵੱਧ ਤੋਂ ਵੱਧ ਕਰਾਂਗੇ। ਸਕਰੀਨ ਦੇ ਉੱਤੇ ਮਾਤਾ ਜੀ ਦੀ ਫੋਟੋ ਆ ਰਹੀ ਹੈ, ਜੇ ਤੁਹਾਡੇ ਵਿੱਚੋਂ ਕੋਈ ਵੀ ਵੀਰ ਭੈਣ ਇਹਨਾਂ ਮਾਤਾ ਜੀ ਨੂੰ ਜਾਣਦਾ ਹੈ ਕਿ ਇਹ ਮਾਤਾ ਜੀ ਇਸ ਸਮੇਂ ਕਿੱਥੇ ਨੇ, ਤਾਂ ਕਿਰਪਾ ਕਰਕੇ ਸਾਡੇ ਨਾਲ ਰਾਬਤਾ ਜ਼ਰੂਰ ਕਰਿਓ, ਸਾਨੂੰ ਜ਼ਰੂਰ ਦੱਸਿਓ। ਸਕਰੀਨ 'ਤੇ ਸਾਡਾ ਨੰਬਰ ਵੀ ਆ ਰਿਹਾ, ਵਟਸਐਪ ਨੰਬਰ ਵੀ ਹੈ, ਸਾਨੂੰ ਤੁਸੀਂ ਜ਼ਰੂਰ ਦੱਸੋ ਇਹਨਾਂ ਮਾਤਾ ਜੀ ਦੇ ਬਾਰੇ ਕਿ ਇਸ ਟਾਈਮ ਇਹ ਮਾਤਾ ਜੀ ਕਿੱਥੇ ਨੇ, ਜਿੰਨਾ ਹੋ ਸਕੇ ਅਸੀਂ ਇਹਨਾਂ ਮਾਤਾ ਜੀ ਦੀ ਮਦਦ ਕਰਾਂਗੇ। ਅਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਕਿ ਇਹ ਜਿਹੜੀ ਜਾਣਕਾਰੀ ਹੈ ਹਰ ਕਿਸੇ ਵੀਰ ਭੈਣ ਤੱਕ ਪਹੁੰਚ ਸਕੇ। ਜੇ ਕੋਈ ਵੀ ਇਸ ਮਾਤਾ ਜੀ ਨੂੰ ਜਾਣਦਾ ਹੈ ਤਾਂ ਸਾਡੇ ਨਾਲ ਰਾਬਤਾ ਕਰਕੇ ਸਾਨੂੰ ਦੱਸ ਸਕੇ। ਅਤੇ ਜੇ ਸੱਚਮੁੱਚ ਇਸ ਘਟਨਾ ਦੇ ਵਿੱਚ ਕੋਈ ਵੀ ਸੱਚਾਈ ਹੈ ਕਿ ਸੱਚਮੁੱਚ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਆਪਣੇ ਮਾਤਾ ਜੀ ਨੂੰ ਘਰੋਂ ਬਾਹਰ ਕੱਢਿਆ, ਤਾਂ ਉਹਨਾਂ ਨੂੰ ਸਾਹਮਣੇ ਆ ਕੇ ਇਸ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਸੱਚਮੁੱਚ ਉਹਨਾਂ ਦੇ ਮਾਤਾ ਜੀ ਹੈਗੇ ਨੇ ਜਾਂ ਨਹੀਂ ਹੈਗੇ, ਜਾਂ ਅਗਰ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸੰਗਤ ਤੋਂ, ਸਭ ਤੋਂ ਪਹਿਲੇ ਆਪਣੀ ਮਾਂ ਤੋਂ, ਮਾਤਾ ਜੀ ਤੋਂ, ਉਸ ਤੋਂ ਬਾਅਦ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ, ਕਿਉਂਕਿ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ, ਇਹ ਬਹੁਤ ਵੱਡੀ ਗਲਤੀ ਹੈ ਜੇ ਸੱਚਮੁੱਚ ਉਹਨਾਂ ਨੇ ਇਹੋ ਜਿਹੀ ਕੋਈ ਗਲਤੀ ਕੀਤੀ ਹੈ। ਤਾਂ ਜੇ ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਏ, ਕਿਉਂਕਿ ਮੈਂ ਅਜੇ ਤੱਕ ਕੋਈ ਵੈਰੀਫਿਕੇਸ਼ਨ ਨਹੀਂ ਕਰ ਰਿਹਾ, ਕਿਉਂਕਿ ਮੇਰੇ ਕੋਲ ਜਿੰਨੀ ਕੁ ਜਾਣਕਾਰੀ ਆਈ ਹੈ ਮੈਂ ਤੁਹਾਨੂੰ ਨਾਲ ਉਨੀ ਕੁ ਸਾਂਝੀ ਹੀ ਕਰ ਰਿਹਾ, ਇਸ ਤੋਂ ਵੱਧ ਚੜ੍ਹਾ ਕੇ ਮੈਂ ਕੋਈ ਗੱਲ ਕਰਾਂ ਉਹ ਗਲਤ ਹੋਏਗਾ, ਬਿਨਾਂ ਵੈਰੀਫਾਈ ਕਰ ਗਏ, ਬਿਨਾਂ ਸਾਰੀ ਗੱਲ ਨੂੰ ਜਾਣਕਾਰੀ ਲੈਂਦੇ ਹੋਏ। ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ ਉਹਦੇ ਆਧਾਰ 'ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਜੇ ਮੇਰੀ ਗੱਲ ਕਿਸ ਨੂੰ ਗਲਤ ਲੱਗਦੀ ਹੈ ਭਾਈ, ਮੇਰਾ ਧਿਆਨ
ਧਿਆਨ 'ਚ ਲਿਆਇਓ, ਮੈਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਇਸ ਮਾਤਾ ਜੀ ਨਾਲ ਪਹੁੰਚ ਕਰ ਸਕੀਏ, ਜਾਣ ਸਕੀਏ ਕਿ ਮਾਤਾ ਜੀ ਕੌਣ ਨੇ, ਕੀ ਇਹਨਾਂ ਨਾਲ ਵਾਪਰਿਆ, ਔਰ ਇਹਨਾਂ ਦੀ ਜਿੰਨੀ ਹੋ ਸਕੇ ਅਸੀਂ ਮਦਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।